ਸਾਧ ਕੈ ਸੰਗ ਨਾ ਕਬਹੂ ਤਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕੈ ਸੰਗ ਦਿਰੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਓਟ ਆਸਰਾ ਲੈ ਕੇ ਆਓ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਹੁਤ ਹੀ ਪਿਆਰੀ ਪਾਵਨ ਬਾਣੀ ਉਹਨਾਂ ਦੀ ਮਹਾਨ ਰਚਨਾ ਸੋ ਕਮੁਨੀਸਾਹਿਬ ਦੀ ਪਾਵਨ ਬਾਣੀ ਦੇ ਨਾਲ ਆਪਣਾ ਚਿੱਤ ਜੋੜਿਏ ਜੀ ਸੁਖਮਨੀ ਸਾਹਿਬ ਦੀ 7ਵੀਂ ਅਸ਼ਟਪਦੀ ਚੱਲ ਰਹੀ ਹੈ ਤੇ 7ਵੀਂ ਅਸ਼ਟਪਦੀ ਦੀ ਸਾਡੇ ਕੋਲ ਅੱਜ ਚੌਥੀ ਪੌੜੀ ਮੌਜੂਦ ਹੈ ਜਿਸ ਦੀ ਪਾਵਨ ਵਿਚਾਰ ਧੰਨ ਗੁਰੂ ਅਰਜਨ ਸਾਹਿਬ ਦੀ ਮਹਾਨ ਕਿਰਪਾ ਦੇ ਸਦਕਾ ਅੱਜ ਅਸੀਂ ਕਰਨੀ ਹੈ ਉਸ ਤੋਂ ਪਹਿਲਾਂ ਗੁਰੂ ਫਤੇ ਸਾਂਝੀ ਕਰੋ ਜੀ ਸਾਰੇ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਸਮਝਾਇਆ ਕਿ ਬੰਦੇ ਜੇ ਤੂੰ ਗੁਰੂ ਦੀ ਸੰਗਤ ਕਰਦਾ ਹੈ ਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਵਸਦਾ ਹੈ ਤਾਂ ਤੇਰੇ ਜੀਵਨ ਦੇ ਵਿੱਚ ਟਿਕਾਓ ਆਉਂਦਾ ਹੈ ਤੂੰ ਸੁਖੀ ਹੋ ਜਾਣਾ ਹੈ ਤੇ ਜਿਹੜਾ ਤੇਰੇ ਜੀਵਨ ਦਾ ਲੈਵਲ ਹੈ ਉਹ ਉੱਪਰ ਹੋ ਜਾਂਦਾ ਹੈ ਇੱਕ ਐਸਾ ਟਾਈਮ ਆਉਂਦਾ ਹੈ ਤੈਨੂੰ ਇੱਕ ਐਸੀ ਅਵਸਥਾ ਮਿਲ ਜਾਂਦੀ ਹੈ ਜਿਸ ਅਵਸਥਾ ਦੇ ਬਾਰੇ ਤੂੰ ਕਦੇ ਸੋਚਿਆ ਵੀ ਨਹੀਂ ਹੁੰਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਤੈਨੂੰ ਬਹੁਤ ਮਹਾਨ ਬਣਾ ਦਿੰਦਾ ਹੈ ਤੈਨੂੰ ਉੱਚੀਆਂ ਕਰ ਦਿੰਦਾ ਹੈ ਸੋ ਆਓ ਜੀ ਅਸੀਂ ਵਿਚਾਰ ਕਰਦੇ ਹਾਂ ਸੁਖਮਨੀ ਸਾਹਿਬ ਦੀ ਉਸ ਪਾਵਨ ਬਾਣੀ ਦੀ ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਬੰਦੇ ਨੂੰ ਨਾ ਅਕਾਲ ਪੁਰਖ ਵਾਹਿਗੁਰੂ ਉੱਚੀਆਂ ਕਰ ਦਿੰਦਾ ਹੈ ਜਿਹੜਾ ਇਨਸਾਨ ਆਪਣੇ ਗੁਰੂ ਦੇ ਮਾਰਗਦਰਸ਼ਨ ਮੁਤਾਬਕ ਤੁਰਦਾ ਹੈ ਗੁਰੂ ਦੇ ਮੁਤਾਬਕ ਆਪਣਾ ਜੀਵਨ ਢਾਲਦਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਇਸ ਪਾਵਨ ਪੰਕਤੀਆਂ ਦੇ ਵਿੱਚ ਜੋ ਇਲਾਹੀ ਕਲਾਮ ਸਾਡੀ ਝੋਲੀ 'ਚ ਪਾਇਆ ਹੈ ਉਹਦੀ ਵਿਚਾਰ ਕਰੀਏ ਸਾਧਕੇ ਸੰਗ ਨ ਕਬਹੂ ਤਾਵੈ ਜੇ ਆਪਾਂ ਗੁਰੂ ਦੇ ਮੁਤਾਬਕ ਤੁਰਦੇ ਆਂ ਗੁਰੂ ਦਾ ਸੰਗ ਕਰਦੇ ਆਂ ਸਾਧ ਭਾਵ ਸਤਗੁਰੂ ਜੇ ਆਪਾਂ ਗੁਰੂ ਦੇ ਮੁਤਾਬਕ ਆਪਣਾ ਜੀਵਨ ਢਾਲਦੇ ਆਂ ਤੇ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਗੁਰੂ ਦੇ ਮੁਤਾਬਕ ਤੁਰਨ ਦੇ ਨਾਲ ਕੀ ਹੁੰਦਾ ਨ ਕਬਹੂ ਤਾਵੈ ਕਦੇ ਵੀ ਬੰਦੇ ਦਾ ਜਿਹੜਾ ਮਨ ਹੈ ਉਹ ਦੌੜਦਾ ਨਹੀਂ ਹੈ ਧੌੜਨ ਦਾ ਮਤਲਬ ਹੈ ਕਿ ਬੰਦੇ ਦਾ ਜਿਹੜਾ ਮਨ ਹੈ ਉਹ ਕਦੇ ਵੀ ਭਟਕਣਾ ਦੇ ਵਿੱਚ ਨਹੀਂ ਹੁੰਦਾ ਜਦੋਂ ਸਾਡਾ ਮਨ ਭਟਕਦਾ ਹੈ ਤੇ ਉਹਦੇ ਪਿੱਛੇ ਕਾਰਨ ਹੁੰਦਾ ਹੈ ਕਿ ਸਾਨੂੰ ਨਾ ਅਜੇ ਪੂਰਨ ਸਤਿਗੁਰੂ ਨਹੀਂ ਮਿਲਿਆ ਅਸੀਂ ਧੱਕੇ ਹੀ ਘਾਰੇ ਆ ਜੀ ਅਜੇ ਆਪਾਂ ਆਸੇ-ਪਾਸੇ ਭਟਕ ਰਹੇ ਹਾਂ ਜਦੋਂ ਸੱਚਾ ਸਤਿਗੁਰੂ ਮਿਲ ਜਾਂਦਾ ਤਾਂ ਮਨ ਟਿਕਾਉ ਦੇ ਵਿੱਚ ਆ ਜਾਂਦਾ ਮਨ ਦੇ ਵਿੱਚ ਟਿਕਾਉ ਆ ਜਾਂਦਾ ਹੈ ਮਨ ਨੂੰ ਆਸੇ-ਪਾਸੇ ਭਟਕਣ ਦੀ ਕਿਤੇ ਲੋੜ ਨਹੀਂ ਪੈਂਦੀ ਜਿਵੇਂ ਸਤਿਗੁਰੂ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ ਨਾ ਜਿਸ ਜਲ ਨੇ ਤੇ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ ਛੋਡੋ ਵੇਸ ਭੇਖ ਚ ਤਰਾਈ ਦੁਬਦਾ ਹੈ ਪਰ ਨਾਹੀ ਜਿਉ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰੇ ਅੰਮ੍ਰਿਤ ਘਟ ਮਾਹੀ ਜਿਉ ਕਿ ਤੈਨੂੰ ਨਾ ਬਾਹਰ ਕਿਤੇ ਭਜਨ ਦੀ ਜ਼ਰੂਰਤ ਨਹੀਂ ਜਿਹੜੀ ਵਸਤੂ ਹੈ ਉਹ ਤੇਰੇ ਅੰਦਰ ਹੈ ਅੰਮ੍ਰਿਤ ਤਾਂ ਤੇਰੇ ਅੰਦਰ ਹੈ ਵਾਹਿਗੁਰੂ ਤੇਰੇ ਅੰਦਰ ਹੈ ਤੂੰ ਬਾਹਰ ਭਟਕਦਾ ਫਿਰਦਾ ਹੈ ਇਸ ਲਈ ਹੀ ਤੂੰ ਦੁਖੀ ਹੈ ਇਸ ਲਈ ਆਪਾਂ ਵੀ ਦੁਖੀ ਹਾਂ ਕਿਉਂਕਿ ਸਾਨੂੰ ਬਾਹਰ ਜਾਣਾ ਪੈ ਰਿਹਾ ਹੈ ਬਾਹਰ ਤਾਂ ਜਾਣਾ ਪੈ ਰਿਹਾ ਕਿ ਸੰ ਕਿਉਂਕਿ ਸਾਨੂੰ ਸਮਝ ਨਹੀਂ ਲੱਗ ਰਹੀ ਗੁਰਬਾਣੀ ਦੀ ਸਮਝ ਨਹੀਂ ਲੱਗ ਰਹੀ ਗੁਰਬਾਣੀ ਮੁਤਾਬਕ ਸਾਨੂੰ ਜੀਵਨ ਢਾਲਣਾ ਨਹੀਂ ਆ ਰਿਹਾ ਅਸੀਂ ਬਾਹਰ ਠੱਕੇ ਖਾ ਰਹੇ ਹਾਂ ਬਾਹਰ ਜਿਹੜੇ ਉਹ ਫਿਰ ਰਹੇ ਸਾਨੂੰ ਬਾਹਰੋਂ ਕੁਝ ਆਸ ਹੈ ਵੀ ਬਾਹਰੋਂ ਸ਼ਾਇਦ ਜਿਆਦਾ ਕੁਝ ਮਿਲ ਜਾਵੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਉਹੀ ਸਾਡੀ ਹਾਲਾਤ ਬਣੇ ਹੋਏ ਨੇ ਅਸੀਂ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਛੱਡ ਦਿੰਨੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਮੱਥਾ ਟੇਕਣਾ ਛੱਡ ਦਿੰਨੇ ਆ ਉਹਦੀ ਵਿਚਾਰ ਨੂੰ ਮੰਨਣਾ ਛੱਡ ਦਿੰਨੇ ਆ ਲੇਕਿਨ ਆਮ ਬੰਦਿਆਂ ਦੇ ਮੂਹਰੇ ਜਾ ਕੇ ਅਸੀਂ ਆਪਣਾ ਸੀਸ ਨਵਾ ਦਿੰਨੇ ਆ ਝੁੱਕ ਜਾਂਦੇ ਮਨ ਦੀ ਭਟਕਣਾ ਜਦੋਂ ਤੱਕ ਜੀਵਨ ਵਿੱਚੋਂ ਖਤਮ ਨਹੀਂ ਨਾ ਹੁੰਦੀ ਮਨ ਜਦੋਂ ਤੱਕ ਟਿਕਾਉ ਦੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਕੁਝ ਵੀ ਨਹੀਂ ਮਿਲਦਾ ਕਿਉਂਕਿ ਸੱਚਾ ਸੁਖ ਸੱਚੀ ਸ਼ਾਂਤੀ ਮਨ ਦੇ ਟਿਕਾਉਚ ਹੈ ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਨੇ ਇੱਕ ਸਿੱਖ ਦੇ ਜਵਾਬ ਵਿੱਚ ਕਿਹਾ ਵੀ ਸੀ ਉਹਨੇ ਕਿਹਾ ਸੀ ਵੀ ਸਤਿਗੁਰੂ ਆਤਮਿਕ ਸੁੱਖ ਕਿਵੇਂ ਪ੍ਰਾਪਤ ਹੋਵੇ ਤਾਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਮਨ ਨੂੰ ਟਕਾਓ ਸਿੱਖ ਕਹਿੰਦਾ ਮਨ ਕਿਦਾਂ ਟਕਾਈਏ ਤੇ ਸਤਿਗੁਰੂ ਨੇ ਕਿਹਾ ਸੀ ਗੁਰੂ ਦੇ ਗਿਆਨ ਨੂੰ ਅਪਣਾਓ ਜਦੋਂ ਗੁਰੂ ਦਾ ਗਿਆਨ ਤੁਹਾਡੇ ਜੀਵਨ ਵਿੱਚ ਜਾਏਗਾ ਤਾਂ ਮਨ ਸਾਡਾ ਕੰਟਰੋਲ ਚ ਆਉਣਾ ਅਸੀਂ ਆਸਾ ਦੀ ਵਾਰ ਪੜਦੇ ਹਾਂ ਤੇ ਬਾਪੂ ਜੀ ਆਸਾ ਦੀ ਵਾਰ ਵਿੱਚ ਇੱਕ ਜਗ੍ਹਾ ਤੇ ਬਹੁਤ ਹੀ ਪਿਆਰਾ ਬਚਨ ਕਰਦੇ ਨੇ ਕਹਿੰਦੇ ਨੇ ਜਿਸ ਤਰ੍ਹਾਂ ਕੁੰਬੇ ਬੱਧਾ ਜਲ ਰਹੇ ਕੁੰਬ ਦਾ ਮਤਲਬ ਹੈ ਭਾਂਡਾ ਭਾਵ ਕਿ ਘੜਾ ਕੁੰਬੇ ਬੱਧਾ ਜਲ ਰਹੇ ਕਿਸੇ ਭਾਂਡੇ ਵਿੱਚ ਪਾਣੀ ਪਾਉਣੇ ਆ ਤੇ ਪਾਣੀ ਟਿਕਿਆ ਰਹਿੰਦਾ ਜਲ ਬਿਨ ਕੁੰਬਣਾ ਹੋਏ ਤੇ ਪਾਣੀ ਜਿਹੜਾ ਉਦੋਂ ਤੱਕ ਠਹਿਰਦਾ ਨਹੀਂ ਜਦੋਂ ਤੱਕ ਉਹਨੂੰ ਕਿਸੇ ਵਿੱਚ ਖੜਾ ਨਾ ਕੀਤਾ ਜਾਵੇ ਟਿਕਾਉਣਾ ਉਹਦਾ ਲਿਆਂਦਾ ਜਾਏ ਜੇ ਕਿਸੇ ਭਾਂਡੇ ਤੋਂ ਬਾਹਰ ਕੱਢੋਗੇ ਤੇ ਕੀ ਖਿਲਰ ਜਾਏਗਾ ਰੁਲ ਜਾਏਗਾ ਕੁੰਬੇ ਬੱਧਾ ਜਲ ਰਹਿ ਹੈ ਜਲ ਬਿਨ ਕੁੰਭ ਨਾ ਹੋਏ ਜਿਸ ਤਰ੍ਹਾਂ ਪਾਣੀ ਕਿਸੇ ਭਾਂਡੇ ਵਿੱਚ ਹੀ ਵੱਜਾ ਰਹਿੰਦਾ ਹੈ ਪਾਣੀ ਦਾ ਇੱਕ ਜਿਹੜਾ ਵੱਜਣਾ ਹੈ ਉਹ ਭਾਂਡੇ ਤੋਂ ਬਗੈਰ ਮੁਨਕਣ ਹੀ ਨਹੀਂ ਹੈ ਦੇਖੋ ਜਦੋਂ ਪਾਣੀ ਹੱਦਾਂ ਵਿੱਚ ਰਹਿੰਦਾ ਨਾ ਤੇ ਉਹ ਸੁੱਖ ਦਿੰਦਾ ਹੁਣ ਆਪਾਂ ਸਮੁੰਦਰਾਂ ਤੇ ਜਾਂਦੇ ਆਂ ਵਿਚਾਂ ਤੇ ਤੇ ਜੇ ਤਾਂ ਉੱਥੇ ਪਾਣੀ ਕੰਟਰੋਲ ਚ ਰਹੇ ਵੇ ਲਹਿਰਾਂ ਆਉਣ ਵਾਪਸ ਮੁੜ ਜਾਣ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜਦੋਂ ਸੁਨਾਮੀ ਬਣ ਜਾਣ ਤਾਂ ਵੇਖੋ ਕਿੰਨਾ ਨੁਕਸਾਨ ਕਰ ਦਿੰਦਾ ਏ ਉਹ ਕਿਉਂਕਿ ਉਹ ਉਦੋਂ ਕੰਟਰੋਲ ਤੋਂ ਬਾਹਰ ਹੋ ਗਿਆ ਜੇ ਤਾਂ ਉਹ ਕੰਟਰੋਲ ਦੇ ਵਿੱਚ ਹੈ ਫਿਰ ਤਾਂ ਉਹ ਆਨੰਦ ਦੇ ਰਿਹਾ ਹੈ ਸੁਖ ਦੇ ਰਿਹਾ ਹੈ ਜੇ ਉਹ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਫਿਰ ਕੀ ਦੇਗਾ ਉਹ ਦੁੱਖ ਹੜ੍ਹਾਂ ਆਉਣਗੇ ਸੁਨਾਮੀ ਆਉਣਗੀਆਂ ਲੋਕਾਂ ਦਾ ਨੁਕਸਾਨ ਹੋਏਗਾ ਐਣ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਸਤਿਗੁਰੂ ਅਗੇ ਕਹਿੰਦੇ ਨੇ ਕੁੰਬੇ ਵੱੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਧਾ ਮਨ ਰਹੇ ਜਿਵੇਂ ਪਾਣੀ ਆਪਣੇ ਦਾਇਰੇ ਦੇ ਵਿੱਚ ਰਵੇ ਆਪਣੇ ਬੰਨੇ ਦੇ ਵਿੱਚ ਰਵੇ ਕੰਟਰੋਲ ਵਿੱਚ ਰਵੇ ਤਾਂ ਉਹ ਸਹੀ ਹੈ ਦੁੱਖ ਨਹੀਂ ਦਿੰਦਾ ਹੈ ਪਰ ਜਦੋਂ ਉਹ ਕੰਟਰੋਲ ਤੋਂ ਬਾਹਰ ਹੁੰਦਾ ਹੈ ਤਾਂ ਹਾਰ ਸੁਨਾਮੀਆਂ ਦੇ ਰੂਪ ਦੇ ਵਿੱਚ ਉਜਾੜਾ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹੇ ਹੁਣ ਜਿਹੜਾ ਮਨ ਹੈ ਉਹ ਗਿਆਨ ਦੇ ਦੁਆਰਾ ਵੱਜਦਾ ਹੈ ਗਿਆਨ ਕੀ ਹੈ ਉਹ ਆਪਾਂ ਸਾਰੇ ਸਮਝਦੇ ਆ ਨੌਲੇਜ ਗੁਰੂ ਦੇ ਗਿਆਨ ਦੁਆਰਾ ਮਨ ਵੱਜਦਾ ਹੈ ਤੇ ਜਦੋਂ ਮਨ ਨੂੰ ਗਿਆਨ ਬੰਨ੍ਹ ਲੈਂਦਾ ਹੈ ਗਿਆਨ ਕਾ ਬੱਧਾ ਮੰਨ ਰਹਾ ਹੈ ਗੌਰ ਬਿਨ ਗਿਆਨ ਨਾ ਹੋਏ ਪਰ ਗਿਆਨ ਗੁਰੂ ਤੋਂ ਬਗੈਰ ਨਹੀਂ ਹੁੰਦਾ ਉਹ ਸ਼ਾਂਤੀ ਗੁਰੂ ਤੋਂ ਬਗੈਰ ਨਹੀਂ ਆਉਂਦੀ ਪਟਕਣਾ ਗੁਰੂ ਤੋਂ ਬਗੈਰ ਕਦੇ ਵੀ ਖਤਮ ਨਹੀਂ ਹੁੰਦੀ ਤੇ ਜਿਸ ਦਿਨ ਸਤਗੁਰੂ ਦੀ ਦਇਆ ਹੋ ਗਈ ਕਿਰਪਾ ਹੋ ਗਈ ਅਸੀਂ ਗਿਆਨੀ ਹੋ ਗਏ ਗਿਆਨਵਾਨ ਹੋ ਗਏ ਨੌਲਜਵਾਲੇ ਹੋ ਗਏ ਸਿਆਣੇ ਹੋ ਗਏ ਤੇ ਸਾਡਾ ਮਨ ਜਿਹੜਾ ਉਹ ਟਿਕ ਜਾਣਾ ਸਾਡੀ ਜਿਹੜੀ ਜੀਵਨ ਦੀ ਉਹ ਭਟਕਣਾ ਉਹ ਬਿਲਕੁਲ ਖਤਮ ਹੋ ਜਾਣੀ ਫਿਰ ਤੁਹਾਨੂੰ ਕੋਈ ਵੀ ਪੰਜਾਬ ਦੀ ਧਰਤੀ ਦੇ ਉੱਤੇ ਬਾਬਾ ਨਹੀਂ ਮਿਲਣਾ ਕੋਈ ਪੰਜਾਬ ਦੀ ਧਰਤੀ ਤੇ ਪੀਰ ਫਕੀਰ ਦੀ ਪੂਜਾ ਵਾਲਾ ਨਹੀਂ ਤੁਹਾਨੂੰ ਮਿਲਣਾ ਕੋਈ ਪੰਜਾਬ ਦੀ ਧਰਤੀ ਤੇ ਨਸ਼ਈ ਨਹੀਂ ਮਿਲਨੇ ਕੋਈ ਪੰਜਾਬ ਦੀ ਧਰਤੀ ਤੇ ਮੜੀਆਂ ਮਸਾਣਾ ਦੀ ਪੂਜਾ ਕਰਨ ਵਾਲਾ ਨਹੀਂ ਮਿਲਣਾ ਜਠੇਰਿਆਂ ਦੀ ਪੂਜਾ ਕਰਨ ਵਾਲਾ ਨਹੀਂ ਮਿਲਣਾ ਕੋਈ ਭੋਰਿਆਂ 'ਚ ਬੈਠਾ ਬਾਬਾ ਨਹੀਂ ਮਿਲੇਗਾ ਉਦੋਂ ਜੀਵਨ ਜਿਹੜਾ ਉਹ ਸਪਸ਼ਟ ਹੋ ਜਾਏਗਾ ਸਾਫ਼ ਸੁਧਰਾ ਹੋ ਜਾਏਗਾ ਫਰ ਸਾਡਾ ਜਿਹੜਾ ਨਾ ਪਟਕਣਾ ਉਹ ਖਤਮ ਹੋ ਜਾਏਗਾ ਤੇ ਆਸੇ ਪਾਸੇ ਜਿਹੜੇ ਆਪਾਂ ਤੁਰੇ ਫਿਰਦੇ ਆ ਨਾ ਉਹ ਖਤਮ ਹੋ ਜਾਏਗੀ ਚੀਜ਼ ਭੁੱਖ ਉਦੋਂ ਤੱਕ ਹੀ ਹੈ ਜਦੋਂ ਤੱਕ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਸਾਡੀ ਭੁੱਖ ਖਤਮ ਹੋਣੀ ਕਿੱਥੋਂ ਹੈ ਤੇ ਭੁੱਖ ਖਤਮ ਹੋਣੀ ਹੈ ਸਤਿਗੁਰੂ ਤੋਂ ਸਾਰੀਆਂ ਭੁੱਖਾਂ ਹੀ ਗੁਰੂ ਖਤਮ ਕਰਦਾ ਹੈ ਇਸ ਲਈ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਪਿਆਰਿਆ ਆਪਣੇ ਕੰਟਰੋਲ ਚ ਰਹਿ ਆਪਣੇ ਮਨ ਨੂੰ ਟਿਕਾ ਕੇ ਰੱਖ ਤੇਰ ਘਰ ਜਿਹੜਾ ਤੇਰਾ ਅਸਲ ਘਰ ਹੈ ਉਥੇ ਟਿਕਿਆ ਰਹਿ ਤੂੰ ਬਸ ਤੇਰਾ ਟਿਕ ਜਾਣਾ ਹੀ ਅਸਲ ਸੁੱਖ ਹੈ ਤੇ ਜਦੋਂ ਤੱਕ ਭਟਕਣਾ ਹੈ ਗੱਲ ਨਹੀਂ ਬਣੇਗੀ ਨਾਲ ਦੀ ਨਾਲ ਇੱਥੇ ਮੈਂ ਇਹ ਗੱਲ ਕਹਿ ਦੇਵਾਂ ਸਤਿਗੁਰੂ ਨੇ ਜਿਹੜੀ ਅਗਲੀ ਗੱਲ ਕਹੀ ਸਾਧਕੇ ਸੰਗ ਸਦਾ ਸੁੱਖ ਪਾਵੇ ਵੀ ਸੁੱਖ ਮਿਲਦਾ ਕਿੱਦਾਂ ਜਦੋਂ ਸਾਡੀ ਭਟਕਣਾ ਖਤਮ ਹੋ ਗਈ ਜਦੋਂ ਮਨ ਆਸੇ-ਪਾਸੇ ਉਹ ਭਟਕਣਾ ਖਤਮ ਹੋ ਗਿਆ ਫਿਰ ਕੀ ਹੋਇਆ ਗੁਰੂ ਦੇ ਸੰਗ ਗੁਰੂ ਦੀ ਸੰਗਤ ਨਾਲ ਇਨਸਾਨ ਹਮੇਸ਼ਾ ਸੁਖ ਮੰਨਦਾ ਹੈ ਬੰਦੇ ਦੇ ਅੰਦਰ ਆਨੰਦ ਵਾਲੀ ਅਵਸਥਾ ਬਣ ਜਾਂਦੀ ਹੈ ਫਿਰ ਅਗਲੀ ਗੱਲ ਸਾਧ ਸੰਗ ਬਸਤ ਅਗੋਚਰ ਲਹ ਬੰਦੇ ਨੂੰ ਨਾ ਇੱਕ ਐਸੀ ਜਿਹੜੀ ਵਸਤੂ ਮਿਲ ਜਾਂਦੀ ਹੈ ਜਿਹੜੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ ਉਹ ਹੈ ਪਰਮਾਤਮਾ ਦਾ ਆਪਣਾ ਨਾਮ ਅਗੋਚਰ ਜਿਹੜੀ ਸਾਡੇ ਗਿਆਨ ਇੰਦਰੀਆਂ ਦੇ ਦੁਆਰਾ ਪ੍ਰਾਪਤ ਨਾ ਹੋਵੇ ਪਰ ਸਹਿਜਤਾ ਦੇ ਨਾਲ ਹੀ ਸਤਿਗੁਰੂ ਕਿਰਪਾ ਕਰ ਦਿੰਦਾ ਸਾਨੂੰ ਉਸ ਅਵਸਥਾ ਦਾ ਧਾਰਨੀ ਬਣਾ ਦਿੰਦਾ ਪਰ ਇੱਥੇ ਨਾਲ ਹੀ ਮੈਂ ਗੱਲ ਕਹਿ ਦਵਾਂ ਜਿਨ ਖੋਜਾ ਤਨ ਪਾਇਆ ਗਹਿਰੇ ਪਾਣੀ ਪੈਠ ਇੱਕ ਵਿਦਵਾਨ ਕਹਿੰਦਾ ਮੈਂ ਬੌਰੀ ਖੋਜਣ ਗਈ ਰਹੀ ਕਿਨਾਰੇ ਬੈਠ ਅਸੀਂ ਬਹੁਤੇ ਡਰਦੇ ਆਂ ਆਪਾਂ ਦੂਰ ਹੀ ਭੱਜਦੇ ਰਹਿੰਨੇ ਆਂ ਸਾਨੂੰ ਦੂਰ ਭੱਜਣਾ ਜਿਹੜਾ ਨਾ ਉਹ ਚੰਗਾ ਲੱਗਦਾ ਪਰ ਟਿਕਣਾ ਜਿਹੜਾ ਉਹ ਮਾੜਾ ਲੱਗਦਾ ਸੋ ਟਿਕੋਗੇ ਫਿਰ ਜਾ ਕੇ ਸਮਝ ਲੱਗਣੀ ਕਈ ਵਾਰ ਅਚਨ ਚੇਤੀ ਸਤਿਗੁਰੂ ਇੰਨੀ ਕਿਰਪਾ ਕਰ ਦਿੰਦਾ ਵੀ ਸਾਡੇ ਜੀਵਨ ਦੇ ਵਿੱਚ ਰੰਗ ਲਾ ਦਿੰਦਾ ਸਾਨੂੰ ਸਭ ਕੁਝ ਜਿਹੜਾ ਉਹ ਪ੍ਰੋਵਾਈਡ ਕਰਾ ਦਿੰਦਾ ਸਭ ਕੁਝ ਹੀ ਮਿਲ ਜਾਂਦਾ ਤੇ ਜਿਸ ਦਿਨ ਸਤਿਗੁਰੂ ਨੇ ਕਿਰਪਾ ਕੀਤੀ ਫੇਰ ਕੀ ਹੋਏਗਾ ਜੀ ਸਾਧੂ ਕੈ ਸੰਗ ਅਜਰ ਸਹਿ ਅਜਰ ਨਾ ਜਰਿਆ ਜਾਣ ਵਾਲਾ ਕੀ ਭਲਾ ਮਰਤਬਾ ਭਾਵ ਪਦਵੀ ਅਵਸਥਾ ਸਤਿਗੁਰੂ ਇੰਨਾ ਉੱਚਾ ਕਰ ਦਿੰਦਾ ਹੈ ਨਾ ਜਰਿਆ ਜਾਣ ਵਾਲਾ ਇੱਕ ਮਰਤਬਾ ਬੰਦੇ ਨੂੰ ਦੇ ਦਿੰਦਾ ਇੱਕ ਅਵਸਥਾ ਦੇ ਦਿੰਦਾ ਐ ਇੰਨੀ ਵੱਡੀ ਅਵਸਥਾ ਜਿਹਦੇ ਬਾਰੇ ਬੰਦੇ ਨੇ ਸੋਚਿਆ ਵੀ ਨਾ ਹੋਵੇ ਸਤਿਗੁਰ ਕਿਰਪਾ ਕਰ ਦਿੰਦਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਭਾਈ ਲੈਣਾ ਦੇ ਰੂਪ ਦੇ ਵਿੱਚ ਨੇ ਤੇ ਉਹਨਾਂ ਨੇ ਕਈ ਸਾਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਰਹਿ ਕੇ ਗੁਰਮਤ ਸਿੱਖੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਸੰਗ ਮਾਣਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਅਨੌਸਜਦੋਂ ਕੀਤਾ ਨਾ ਕਿ ਮੈਂ ਆਪਣਾ ਜਿਹੜਾ ਨਾ ਵਾਰਸ ਉਹ ਭਾਈ ਲੈਣਾ ਨੂੰ ਅੰਗਦ ਦਾ ਨਾਮ ਦੇ ਕੇ ਬਣਾ ਰਿਆਂ ਤੇ ਭਾਈ ਲੈਣਾ ਭਾਉ ਗੁਰੂ ਅੰਗਦ ਸਾਹਿਬ ਹੈਰਾਨ ਹੋ ਗਏ ਕਿ ਸਤਿਗੁਰੂ ਜੀ ਇਨੀ ਕਿਰਪਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਮੈਨ ਨਮਾਣਾ ਜਾਂ ਸੇਖਾਂ ਸੇਖੀ ਰਹਿਣ ਦਿਓ ਸ਼ਾਇਦ ਇਨੀ ਵੱਡੀ ਜ਼ਿੰਮੇਵਾਰੀ ਨਾ ਸੰਭੀ ਜਾਏ ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਮਿਹਰ ਪ੍ਰਿਆਤ ਸਿਰ ਦੇ ਉੱਤੇ ਰੱਖ ਕੇ ਕਹਿ ਦਿੱਤਾ ਲੈਣਿਆ ਜੋਤ ਉਹਾ ਜੁਗਤ ਸਾਈ ਸੈ ਕਾਇਆ ਫਿਰ ਪਲਟੀਆਂ ਵਾਲੀ ਗੱਲ ਕਿ ਲੈਣਿਆ ਮੈਂ ਤੇਰੇ ਅੰਦਰ ਮੌਜੂਦ ਹੋਵਾਂਗਾ ਸੋ ਸ਼ਰੀਰ ਬਦਲਿਆ ਜੋਤ ਉਹੀ ਰਹੀ ਸ਼ਬਦ ਉਹੀ ਰਿਹਾ ਵਿਚਾਰਤਾ ਰਾ ਉਹੀ ਰਹੀ ਸੋ ਕੋਈ ਪਤਾ ਨਹੀਂ ਹੁੰਦਾ ਕਿ ਮਾਲਕ ਨੇ ਕਦੋਂ ਕਿਰਪਾ ਕਰ ਦੇਣੀ ਹੈ ਤੇ ਕਦੋਂ ਸਾਨੂੰ ਸਤਿਗੁਰੂ ਨੇ ਉਤਾ ਚੁੱਕ ਦੇਣਾ ਹੈ ਕਦੋਂ ਸਾਨੂੰ ਗਲੀਆਂ 'ਚ ਰੁਲਦੇ ਹੋਏ ਨੂੰ ਉਤਾ ਚੁੱਕ ਕੇ ਸਤਿਗੁਰੂ ਨੇ ਸਾਨੂੰ ਬਾਦਸ਼ਾਹਤ ਦੇ ਦੇਣੀ ਹੈ ਸਾਨੂੰ ਉੱਚਾ ਬਣਾ ਦੇਣਾ ਲੇਕਿਨ ਆਪਣਾ ਕਰਮ ਕਰਦੇ ਰਹੋ ਸਹੀ ਰਸਤੇ ਉੱਤੇ ਤੁਰਦੇ ਰਹੋ ਆਪਣਾ ਰਸਤਾ ਕਦੇ ਨਾ ਛੱਡਿਓ ਜੀਵਨ ਹੈ ਨਾ ਸਾਡਾ ਜੀਵਨ ਦੇ ਵਿੱਚ ਦੁੱਖ ਸੁੱਖ ਲਿਖੇ ਹੀ ਨੇ ਜੀਵਨ ਦੇ ਵਿੱਚ ਘਾਲਣਾ ਘਾਲਣੀ ਪੈਂਦੀ ਹੈ ਜੀਵਨ ਦੇ ਵਿੱਚ ਮੁਸੀਬਤਾਂ ਆਉਂਦੀਆਂ ਨੇ ਬਹੁਤ ਕੁਝ ਇਸ ਲਾਈਫ ਦੇ ਵਿੱਚ ਹੁੰਦਾ ਹੈ ਪਰ ਆਪਣਾ ਕੰਮ ਨਾ ਛੱਡੋ ਭਾਵੇਂ ਤੁਸੀਂ ਆਪਣੇ ਗੁਰੂ ਦਾ ਪੱਲਾ ਨਾ ਛੱਡੋ ਆਪਣੇ ਗੁਰੂ ਦੇ ਪੱਲੇ ਲੱਗ ਕੇ ਤੇ ਸਿੱਧੇ ਰਸਤੇ ਉੱਤੇ ਤੁਰਦੇ ਜਾਓ ਸਤਿਗੁਰੂ ਜਰੂਰ ਇੱਕ ਦਿਨ ਕਿਰਪਾ ਕਰਦਾ ਹੈ ਜਦੋਂ ਸਾਡਾ ਜੀਵਨ ਜਿਹੜਾ ਅਚਨ-ਚੇਤ ਹੀ ਚੇਂਜ ਹੋ ਜਾਂਦਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਧਕੇ ਸੰਗ ਬਸਿਆ ਥਾਨ ਉੱਚੈ ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਹਾਂ ਤੇ ਗੁਰੂ ਦੇ ਪਿਆਰਿਆਂ ਦੇ ਕੋਲ ਬੈੰਨੇ ਆ ਤੇ ਗੁਰਬਾਣੀ ਦੇ ਮੁਤਾਬਕ ਸਾਡਾ ਜੀਵਨ ਢਲਣਾ ਜਿਹੜਾ ਸ਼ੁਰੂ ਹੋ ਜਾਂਦਾ ਫਿਰ ਕੀ ਹੁੰਦਾ ਵੀ ਸਾਡੀ ਜਿਹੜੀ ਆਤਮਿਕ ਅਵਸਥਾ ਹੈ ਨਾ ਵਸੈ ਥਾਨ ਉੱਚਾ ਵਸੈ ਵਸਣਾ ਅਸੀਂ ਉਸ ਅਵਸਥਾ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਨੇ ਆ ਜਿਹੜੀ ਬਹੁਤ ਮਹਾਨ ਹੈ ਬਹੁਤ ਉੱਚੀ ਹੈ ਜਗਜੀਤ ਸਿੰਘ ਵਿੱਚ ਸਤਿਗੁਰੂ ਨੇ ਇੱਕ ਜਗ੍ਹਾ ਤੇ ਆਖਿਆ ਥਾਪਿਆਣਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਹੁਣ ਜਦੋਂ ਉਹ ਅਵਸਥਾ ਮਿਲਦੀ ਹੈ ਨਾ ਬੰਦੇ ਨੂੰ ਫਿਰ ਸਤਿਗੁਰੂ ਇੰਨਾ ਕੋ ਮਾਨ ਦੇ ਦਿੰਦਾ ਹੈ ਉੱਚਾਈ ਕਰ ਦਿੰਦਾ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਐ ਭਾਉ ਭਾਉ ਦਾ ਮਤਲਬ ਪ੍ਰੇਮ ਆਪਣੇ ਮਨ ਚ ਪ੍ਰੇਮ ਰੱਖ ਕੇ ਉਹਨੂੰ ਗਈਏ ਤੇ ਸੁਣੀਏ ਗਾਵੀਏ ਸੁਣੀਏ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਬਸ ਸਭ ਕੁਝ ਖਤਮ ਹੋ ਜਾਣਗੇ ਦੁੱਖ ਦਖ ਕੀ ਚੀਜ਼ਾਂ ਤੇ ਆਤਮਿਕ ਆਨੰਦ ਜਿਹੜਾ ਸਾਡੇ ਜੀਵਨ 'ਚ ਬਣ ਜਾਏਗਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇਆ ਸਮਾਈ ਗੁਰੂ ਦੇ ਦੁਆਰਾ ਹੀ ਪਰਮਾਤਮਾ ਦੇ ਨਾਮ ਦੀ ਅਤੇ ਵਾਹਿਗੁਰੂ ਦੇ ਗਿਆਨ ਦੀ ਸਮਝ ਪੈਂਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇਆ ਸਮਾਈ ਗੁਰਈਸ਼ਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਫਿਰ ਉਹ ਅਵਸਥਾ ਉੱਚੀ ਹੁੰਦੀ ਹੈ ਨਾ ਜਦੋਂ ਫਿਰ ਸਿੱਖ ਨੂੰ ਆਪਣੇ ਗੁਰੂ ਵਿੱਚੋਂ ਹੀ ਸਭ ਕੁਝ ਦਿਸਦਾ ਉਹ ਕਦੇ ਵੀ ਕਿਸੇ ਹੋਰ ਦੇਵੀ ਦੇਵਤੇ ਮੂਰੇ ਨਹੀਂ ਸੀਸ ਝੁਕਾਉਂਦਾ ਆਸੇ ਪਾਸੇ ਨਹੀਂ ਜਾਂਦਾ ਬਸ ਆਹ ਜਿਹੜੇ ਬਚਨ ਨੇ ਇਹਨਾਂ ਨੂੰ ਪੱਲੇ ਬੰਨੇ ਹੋ ਭਟਕਣਾ ਖਤਮ ਹੋਣ ਤੋਂ ਬਾਅਦ ਹੀ ਸਭ ਕੁਝ ਜੀਵਨ ਵਿੱਚ ਆਉਂਦਾ ਹੈ ਲੇਕਿਨ ਪਹਿਲੀ ਗੱਲ ਸਤਿਗੁਰੂ ਨੇ ਇਹ ਗੱਲ ਕਹੀ ਆ ਵੀ ਜਦੋਂ ਆਪਾਂ ਗੁਰੂ ਦੇ ਦੁਆਰਾ ਤੁਰਦੇ ਆ ਤੇ ਸਤਿਗੁਰੂ ਸਾਡੀ ਭਟਕਣਾ ਹੀ ਖਤਮ ਕਰਦਾ ਹੈ ਸਭ ਤੋਂ ਪਹਿਲਾਂ ਸਤਿਗੁਰੂ ਸਾਨੂੰ ਟਿਕਣਾ ਸਿਖਾਉਂਦਾ ਸਾਡੇ ਜੀਵਨ ਵਿੱਚ ਚੇਂਜਸ ਲਿਆਉਂਦਾ ਹੈ ਫਿਰ ਜਾ ਕੇ ਕੀ ਹੁੰਦਾ ਜੀ ਗੁਰਮੁਖ ਨਾਦਮ ਗੁਰਮੁਖ ਵਿਦਮ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾਂ ਨਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇਕਦੇ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮੈਨੂੰ ਕਦੇ ਨਾ ਭੁੱਲੇ ਉਹ ਪ੍ਰਮਾਤਮਾ ਜਿਹੜਾ ਸਾਰੇ ਸੰਸਾਰ ਨੂੰ ਦਾਤਾ ਦੇਣ ਵਾਲਾ ਜਿਹੜਾ ਸਾਰਿਆਂ ਦੇ ਸਿਰ ਤੇ ਬੈਠਾ ਹੋਇਆ ਹੈ ਜਿਹੜਾ ਸਬਣਾ ਦਾ ਖਸਮ ਹੈ ਸਬਣਾ ਦਾ ਮਾਲਕ ਹੈ ਜਦੋਂ ਉਹਦਾ ਕਿ ਆ ਸਾਡੇ ਅੰਦਰ ਵਸੇਗਾ ਫਿਰ ਸਾਡੇ ਜੀਵਨ ਵਿੱਚ ਚੇਂਜਸ ਆਏਗੀ ਸੋ ਸੁਖਮਨੀ ਸਾਹਿਬ ਪੜਨ ਵਾਲਿਓ ਅੱਜ ਹੀ ਬਦਲ ਜਾਓ ਜੇ ਇੱਕ ਵਾਰੀ ਵੀ ਕਦੇ ਜ਼ਿੰਦਗੀ 'ਚ ਸੁਖਮਨੀ ਸਾਹਿਬ ਪੜਿਆ ਹੈ ਜਾਂ ਕਦੇ ਤੁਹਾਨੂੰ ਸੁਣਨਾ نصیਬ ਹੋਇਆ ਹੈ ਅੱਜ ਹੀ ਬਦਲ ਜਾਓ ਛੱਡ ਦਿਓ ਸਭ ਕੁਝ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਜੇ ਇਸ ਕਾਇਨਾਤ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰੋ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜੀਵਨ ਟਾਲੋ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਿਰਦੇਸ਼ ਦਿੰਦੇ ਨੇ ਸਾਨੂੰ ਸਿਧਾਂਤ ਦਿੰਦੇ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਢਾਲ ਲੀਏ ਕਿਉਂਕਿ ਸਤਗੁਰੂ ਦਾ ਕਹਿਆ ਪੱਲੇ ਬੰਨੋਗੇ ਤਾਂ ਜੀਵਨ ਵਿੱਚ ਸੋਖੀ ਸੁਖ ਵਸਣਗੇ ਜੀਵਨ ਸੁਹੇਲਾ ਬਣ ਜਾਏਗਾ ਜੀਵਨ ਵਿੱਚ ਆਨੰਦ ਬਣ ਜਾਏਗਾ ਭਟਕਣਾ ਸਾਰੀ ਖਤਮ ਹੋ ਜਾਏਗੀ ਜਿਹੜੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਬਾਹਰ ਭੱਜੇ ਫਿਰਦੇ ਆ ਨਾ ਛੋਟੀ-ਛੋਟੀ ਗੱਲਾਂ ਕਰਕੇ ਵੀ ਫਲਾਣੇ ਬਾਬੇ ਦੇ ਡੇਰੇ ਤੇ ਜਾ ਕੇ ਜਹਾਜ਼ ਚੜਾ ਕੇ ਆਓ ਤੇ ਤਾਂ ਸਾਡਾ ਜਿਹੜਾ ਨਾ ਬੱਚਾ ਉਹ ਕੈਨੇਡਾ ਦੇ ਜਹਾਜ਼ 'ਚ ਅਮਰੀਕਾ ਦੇ ਜਹਾਜ਼ 'ਚ ਯੂਕੇ ਦੇ ਜਹਾਜ਼ 'ਚ ਚੜ੍ਹੇਗਾ ਕੁਛ ਨਹੀਂ ਇਦਾਂ ਹੋਣ ਲੱਗਾ ਡੇਰਿਆਂ ਚ ਜਾ ਕੇ ਜਹਾਜ਼ ਚੜਾਉਣ ਨਾਲ ਅਸੀਂ ਜਹਾਜ਼ੇ ਨਹੀਂ ਚੜਨ ਲੱਗੇ ਜਦੋਂ ਤੱਕ ਸਾਡੇ ਕੋਲ ਲਾਇਕਤ ਨਹੀਂ ਹੈ ਜੋ ਤੱਕ ਅਸੀਂ ਉਹਨਾਂ ਪੌੜੀਆਂ ਦੇ ਉੱਤੇ ਨਹੀਂ ਤੁਰਦੇ ਜਿਨ੍ਹਾਂ ਉੱਤੇ ਤੁਰਨਾ ਬਹੁਤ ਜ਼ਰੂਰੀ ਹੈ ਯਾਦ ਰੱਖਿਓ ਸੋ ਕਿਸੇ ਨੂੰ ਹੱਥ ਵਖਾਉਣ ਨਾਲ ਤੁਹਾਡੀ ਕਿਸਮਤ ਨਹੀਂ ਚੇਂਜ ਹੋਣ ਲੱਗੀ ਕੋਈ ਲੋਕਟ ਧਾਗਾ ਤਵੀਤ ਗੱਲ 'ਚ ਪਾਉਣ ਨਾਲ ਕਿਸਮਤਾਂ ਨਹੀਂ ਬਦਲਣ ਲੱਗੀਆਂ ਇਹ ਪਟਕਣਾ ਹੈ ਸਾਡੀ ਸੋ ਕਿਤੇ ਵੀ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਫਿਰ ਕੀ ਹੁੰਦਾ ਜੀ ਸਾਧੂ ਕੇ ਸੰਗ ਮਹਿਲ ਪਹੁੰਚੈ ਗੁਰੂ ਕਿਰਪਾ ਕਰਦਾ ਤੇ ਫਿਰ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਪਾਵਨ ਚਰਨਾਂ ਰੂਪ ਮਹਿਲ ਵਿੱਚ ਟਿਕ ਜਾਂਨੇ ਆ ਭਾਵ ਉਹਦੇ ਚਰਨਾਂ ਦੇ ਵਿੱਚ ਸਾਡਾ ਜਿਹੜਾ ਨਾ ਵਸੇਬਾ ਹੋ ਜਾਂਦਾ ਟਿਕਾਉ ਹੋ ਜਾਂਦਾ ਬਹੁਤ ਜ਼ਰੂਰੀ ਪਿਆਰੇ ਪਿਆਰਿਓ ਜਿਹੜੀਆਂ ਗੱਲਾਂ ਸਤਿਗੁਰੂ ਜੀ ਆਪਣੀ ਪਾਉਣ ਬਾਣੀ ਵਿੱਚ ਕਰ ਰਹੇ ਨੇ ਇਹ ਬਹੁਤ ਜ਼ਰੂਰੀ ਹੈ ਆਪਣੇ ਜੀਵਨ ਵਿੱਚ ਧਾਰਨੀਆਂ ਤਾਂ ਦੀ ਸੁਖੀ ਵੱਸੋਗੇ ਤਾਂ ਦੀ ਸਾਡੇ ਘਰਾਂ ਵਿੱਚ ਸੁੱਖ ਆਨੰਦ ਹੋਏਗਾ ਕੋਈ ਵੀ ਟੈਨਸ਼ਨ ਨਹੀਂ ਹੋਏਗੀ ਜਦੋਂ ਅਸੀਂ ਗੁਰੂ ਦੇ ਨਾ ਬਚਨਾਂ ਨੂੰ ਪੱਲੇ ਬੰਨਾਂਗੇ ਸਾਧਕੈ ਸੰਗ ਦਰੜੈ ਸਭ ਧਰਮ ਪੱਕਾ ਕਰ ਲੈਂਦਾ ਇਨਸਾਨ ਆਪਣੇ ਫਰਜ਼ਾਂ ਨੂੰ ਗੁਰੂ ਦੀ ਕਿਰਪਾ ਦੇ ਦੁਆਰਾ ਚੱਲ ਕੇ ਗੁਰੂ ਦੇ ਮੁਤਾਬਕ ਤੁਰ ਕੇ ਬੰਦੇ ਨੂੰ ਸਾਰੇ ਧਰਮਾਂ ਦੀ ਸੋਝੀ ਹੋ ਜਾਂਦੀ ਭਾਵ ਸਾਰੇ ਫਰਜ਼ਾਂ ਦੀ ਪਛਾਨ ਕਰ ਲਿੰਦਾ ਹੋ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਮੇਰੇ ਫਰਜ਼ ਕੀ ਕੀ ਨੇ ਇਸ ਸੰਸਾਰ ਵਿੱਚ ਆਪਣੇ ਫਰਜ਼ਾਂ ਤੋਂ ਕੋਤਾਹੀ ਨਹੀਂ ਕਰਦਾ ਉਹ ਗੁਰੂ ਨਾਨਕ ਸਾਹਿਬ ਨੇ ਕੀ ਵੇਖਿਆ ਸੀ ਇਸ ਕਾਇਨਾਤ ਵਿੱਚ ਆ ਕੇ ਕੋਈ ਕਿਤੇ ਬੈਠਾ ਜੰਗਲ ਥੱਲੇ ਕੋਈ ਕਿਤੇ ਬੈਠਾ ਕੋਈ ਬਾਬਾ ਬਣ ਗਿਆ ਕੋਈ ਭੂਰੇ ਚੇ ਬਹਿ ਗਿਆ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਤੇ ਸਤਿਗੁਰੂ ਜੀ ਨੇ ਆਖਿਆ ਵੀ ਇਦਾਂ ਨਹੀਂ ਕੁਝ ਹੋਣ ਲੱਗਾ ਆਪਣੇ ਫਰਜ਼ਾਂ ਦੀ ਕੋਤਾਹੀ ਨਾ ਕਰੋ ਫਰਜ਼ਾਂ ਤੋਂ ਫਰਜ਼ਾਂ ਨੂੰ ਨਿਭਾਓ ਜੇ ਰੱਬ ਇਤਾਂ ਮਿਲਦਾ ਹੁੰਦਾ ਤੇ ਵਾਹਿਗੁਰੂ ਨੇ ਪ੍ਰਮਾਤਮਾ ਨੇ ਤੁਹਾਡੇ ਸ਼ਰੀਰ ਦੇ ਅੰਦਰ ਉਹ ਗੁਣ ਹੀ ਪੈਦਾ ਨਹੀਂ ਸੀ ਕਰਨੇ ਜਿਨ੍ਹਾਂ ਤੋਂ ਸੰਸਾਰ ਚੱਲਦਾ ਹੈਗਾ ਸੋ ਆਪਣੇ ਫਰਜ਼ਾਂ ਨੂੰ ਪਹਿਚਾਨਣਾ ਹੈ ਫਰਜ਼ਾਂ ਦੀ ਪਾਲਣਾ ਕਰਨੀ ਹੈ ਭਜਨਾਣੀਆਂ ਤੋਂ ਸਤਿਗੁਰੂ ਅੱਗੇ ਕਹਿੰਦੇ ਨੇ ਜੀ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਸਿਰਫ ਤੇ ਸਿਰਫ ਇੱਕ ਅਕਾਰ ਪੁਰਖ ਵਾਹਿਗੁਰੂ ਨੂੰ ਵੇਖਣ ਦੀ ਸੋਝੀ ਆ ਜਾਂਦੀ ਹੈ ਗੁਰੂ ਦੇ ਦੁਆਰਾ ਪਰ ਸਾਨੂੰ ਸਭਣਾ ਵਿੱਚ ਇੱਕ ਅਕਾਰ ਪੁਰਖ ਵਾਹਿਗੁਰੂ ਦਿਸਦਾ ਹੈ ਪਰ ਮਿਲਦਾ ਗੁਰਦੁਆਰੇ ਹੋਏ ਸੋਜੀ ਪਾਇਸੀ ਹੈ ਸਬਣਾ ਵਿੱਚ ਹੈ ਪਰ ਸੋਜੀ ਉਹਨੂੰ ਪਾਉਣ ਦੀ ਗੁਰੂ ਦੇ ਦੁਆਰਾ ਜਿਹੜੀ ਹੈ ਉਹ ਚਲ ਕੇ ਹੁੰਦੀ ਹੈ ਸਤਿਗੁਰ ਕਹਿੰਦੇ ਇਸ ਲਈ ਕਦੇ ਕਿਸੇ ਨਾਲ ਨਫ਼ਰਤ ਈਰਖਾ ਦੁਵੇਸ਼ ਨਹੀਂ ਰੱਖਣਾ ਕਿਉਂਕਿ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਹੀ ਆਪਾਂ ਸਾਰੇ ਪੈਦਾ ਹੋਏ ਆਂ ਤੇ ਸਬਣਾ ਦੇ ਅੰਦਰ ਉਹੀ ਨਿਰੰਕਾਰ ਵਸਦਾ ਹੈ ਸਾਧ ਕੇ ਸੰਗ ਪਾਏ ਨਾਮ ਨਿਧਾਨ ਗੁਰੂ ਦੇ ਦੁਆਰਾ ਤੁਰ ਕੇ ਨਾਮ ਦਾ ਖਜ਼ਾਨਾ ਸਿਮਰਨ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ ਤੇ ਜਿਹਨੂੰ ਉਹ ਪ੍ਰਾਪਤ ਹੋ ਗਿਆ ਉਹ ਤਾਂ ਸਭ ਤੋਂ ਅਮੀਰ ਹੋ ਗਿਆ ਮਾਰਿਆ ਰਣਜੀਤ ਸਿੰਘ ਨੇ ਇੱਕ ਜੰਗ ਨੂੰ ਜਾਣਾ ਸੀ ਤਿਆਰ ਹੋਏ ਤੇ ਰਸਤੇ ਵਿੱਚ ਇੱਕ ਗੁਰੂ ਘਰ ਆਇਆ ਤੇ ਰੁਕ ਗਏ ਉੱਥੇ ਗਰੰਤੀ ਸਿੰਘ ਪਾਸੋਂ ਅਰਦਾਸ ਬੇਨਤੀ ਕਰਾਈ ਕਿ ਖਾਲਸੇ ਦੀ ਜਿੱਤ ਹੋਵੇ ਜਿੱਤ ਹੋ ਗਈ ਜਦੋਂ ਵਾਪਸ ਆਏ ਉਸੇ ਗੁਰੂ ਘਰ ਵਿੱਚ ਦੁਬਾਰਾ ਅਰਦਾਸ ਕਰਾਈ ਕਿ ਸਤਿਗੁਰੂ ਤੁਹਾਡਾ ਧੰਨਵਾਦ ਕਿ ਮਾਲਕ ਨੇ ਕਿਰਪਾ ਕੀਤੀ ਤੇ ਸਾਡੀ ਖਾਲਸੇ ਦੀ ਜਿੱਤ ਹੋਈ ਇੱਕ ਨਵਾਂ ਇਲਾਕਾ ਖਾਲਸਾ ਰਾਜ ਵਿੱਚ ਸ਼ਾਮਲ ਕੀਤਾ ਗਿਆ ਤੇ ਉਸ ਟਾਈਮ ਉਹ ਗਰੰਤੀ ਸਿੰਘ ਜਿਨੇ ਅਰਦਾਸ ਕੀਤੀ ਸੀ ਉਹਨੂੰ ਉਹ ਕਹਿਣ ਲੱਗੇ ਵੀ ਕੋਈ ਮੰਗ ਹੋਵੇ ਤਾਂ ਦੱਸਿਓ ਤੇ ਗਰੰਤੀ ਸਿੰਘ ਬੜਾ ਸੁਚੱਜਾ ਸੀ ਸਿਆਣਾ ਸੀ ਉਹ ਕਹਿਣ ਲੱਗਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿ ਰਾਜਾ ਸਾਹਿਬ ਮਹਾਰਾਜਾ ਜੀ ਜਾਣ ਲੱਗਿਆਂ ਮੰਗਤੇ ਸੀ ਆਉਣ ਲੱਗਿਆਂ ਦਾਤੇ ਬਣ ਕੇ ਜਿਸ ਦਾਤੇ ਦੇ ਘਰੋਂ ਤੁਹਾਨੂੰ ਸਭ ਕੁਝ ਮਿਲਿਆ ਉਸੇ ਦਾਤੇ ਦੇ ਘਰੋਂ ਮੈਂ ਵੀ ਮੰਗ ਲਾਂਗਾ ਦੇ ਵੇਖੋ ਉਹਨਾਂ ਨੇ ਸੀਸ ਸੁਨਵਾ ਦਿੱਤਾ ਮੂਰੇ ਵੀ ਮਾਫੀ ਮਾਫੀ ਦਿਓ ਜੀ ਗਲਤੀ ਹੋ ਗਈ ਏ ਨਿਮਰਤਾ ਵੀ ਚਾਹੀਦੀ ਹੈ ਜੀਵਨ ਵਿੱਚ ਜਦੋਂ ਸਤਿਗੁਰੂ ਕਿਰਪਾ ਕਰ ਦਿੰਦਾ ਉਹ ਇੰਨਾ ਕੁ ਵੱਡਾ ਖਜ਼ਾਨਾ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਕਰ ਦਿੰਦਾ ਸਾਨੂੰ ਇੰਨਾ ਉੱਚਾ ਕਰ ਦਿੰਦਾ ਵੀ ਸਾਡੀਆਂ ਭੁੱਖਾਂ ਹੀ ਖਤਮ ਹੋ ਜਾਂਦੀਆਂ ਸਾਰੀਆਂ ਐਨੇ ਕਿ ਆਪਾਂ ਅਮੀਰ ਹੋ ਜਾਂਨੇ ਆ ਅਮੀਰ ਕੋਈ ਇਕੱਲਾ ਦੌਲਤ ਨਾਲ ਥੋੜੀ ਹੁੰਦਾ ਅਮੀਰ ਕੋਈ ਇਕੱਲਾ ਪੈਸੇ ਨਾਲ ਥੋੜੀ ਹੁੰਦਾ ਅਮੀਰਤਾ ਹੁੰਦਾ ਜਿਹਦਾ ਦਿਲ ਅਮੀਰ ਆ ਜਿਹਦੇ ਦਿਲ ਦੇ ਵਿੱਚ ਪਿਆਰ ਆ ਦਿਲ ਦਾ ਅਮੀਰ ਇਨਸਾਨ ਅਮੀਰ ਹੁੰਦਾ ਹੈ ਅਮੀਰਤਾ ਬੜੇ ਵੇਖੇ ਨੇ ਇਸ ਦੁਨੀਆ ਵਿੱਚ ਪਰ ਇੱਕ ਟੱਕਾ ਕੱਢ ਕੇ ਤਿਆਰ ਨਹੀਂ ਹੁੰਦੇ ਆਪਣੇ ਬੱਚਿਆਂ ਉੱਤੇ ਉਹ ਕਰੋੜਾਂ ਰੁਪਏ ਲਾ ਦੇਣਗੇ ਪਰ ਉਹ ਇੱਕ ਟੱਕਾ ਕੱਢ ਕੇ ਰੁਪਈਆ ਕੱਢ ਕੱਢਣ ਨੂੰ ਤਿਆਰ ਨਹੀਂ ਹੁੰਦੇ ਆਸੇ ਪਾਸੇ ਉੱਤੇ ਤਾਂ ਉਹ ਲੱਖਾਂ ਡਾਲਰ ਜਿਹੜੇ ਉਹ ਖਰਚ ਦੇਣਗੇ ਪਰ ਚੰਗੇ ਪਾਸੇ ਨਹੀਂ ਲਾਉਣਗੇ ਕਿਸੇ ਦਾ ਭਲਾ ਕਰਕੇ ਉਹ ਰਾਜ਼ੀ ਨਹੀਂ ਹੁੰਦੇ ਨਹੀਂ ਹੁੰਦੇ ਪਰ ਕਾਦੀ ਅਮੀਰ ਅਮੀਰਤਾ ਹੋਈ ਹੈ ਜਿਹੜਾ ਦਿਲ ਦਾ ਅਮੀਰ ਹੈ ਜਿਹਦੇ ਕੋਲ ਨਾਮ ਦੀ ਦੌਲਤ ਹੈ ਜਿਹਦੇ ਕੋਲ ਚੰਗੇ ਗੁਣ ਨੇ ਜਿਨੂੰ ਇਹ ਸਮਝ ਹੈ ਵੀ ਜੇ ਧਨ ਮਿਲਿਆ ਹੈ, ਦੌਲਤ ਮਿਲੀ ਹੈ ਤੇ ਉਸ ਦੌਲਤ ਨੂੰ ਉਸ ਧਨ ਨੂੰ ਵਰਤਣਾ ਕਿਦਾਂ ਜਿਵੇਂ ਭਾਈ ਨੰਦ ਲਾਲ ਜੀ ਨੇ ਇੱਕ ਜਗ੍ਹਾ ਤੇ ਆਖਿਆ ਨਾ ਵੀ ਇਹ ਦੌਲਤ ਵੀ ਇੱਕ ਬੜੀ ਵੱਡੀ ਤਾਕਤ ਹੁੰਦੀ ਹੈ ਪਰ ਇਸ ਤਾਕਤ ਨੂੰ ਵਰਤਣ ਦੇ ਲਈ ਵੀ ਇੱਕ ਤਾਕਤ ਦੀ ਜ਼ਰੂਰਤ ਹੈ ਭਾਵ ਦੌਲਤ ਆ ਗਈ ਪਰ ਜੇ ਦਿਮਾਗ ਹੀ ਨਹੀਂ ਮਿਲਿਆ ਨੂੰ ਵਰਤਣ ਦਾ ਫਾਇਦਾ ਕੀ ਕੀ ਫਾਇਦਾ ਚੰਗੇ ਕੰਮ ਤੇ ਲਾਓ ਚੰਗੇ ਪਾਸੇ ਲਾਓ ਸਬੜਾਂ ਦੀ ਹਲ ਪਕਰੋ ਸਬੜਾਂ ਦਾ ਭਲਾ ਕਰੋ ਜੇ ਜ਼ਿਆਦਾ ਹੈ ਦੂਸਰੇ ਨੂੰ ਦੇ ਦਿਓ ਕਿਉਂਕਿ ਹਿੱਕ ਤੇ ਧਰ ਕੇ ਨਾ ਅੱਜ ਤੱਕ ਕੋਈ ਲੈ ਕੇ ਗਿਆ ਨਾ ਕਿਸੇ ਨੇ ਲੈ ਕੇ ਜਾਣਾ ਇਸ ਲਈ ਨਾਮ ਦਾ ਖਜ਼ਾਨਾ ਜਿਸ ਦੇ ਪੱਲੇ ਹੈ ਉਸ ਨੂੰ ਹੀ ਸਮਝ ਆਉਂਦੀ ਹੈ ਇਸ ਸੰਸਾਰ ਦੀ ਦੌਲਤ ਨੂੰ ਕਿੱਦਾਂ ਯੂਜ਼ ਕਰਨਾ ਕਿੱਦਾਂ ਵਰਤਣਾ ਨਹੀਂ ਤਾਂ ਲੋਕ ਆਪਣੇ ਘਰ ਭਰੀ ਜਾਂਦੇ ਨੇ ਬੇਈਮਾਨੀਆਂ ਕਰ ਕਰਕੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਦਬੀ ਹੋਵੇ ਭਾਵੇਂ ਸ਼ਰੇਆਮ ਪੰਜਾਬ 'ਚ ਨਸ਼ਾ ਵਿਕਦਾ ਰਹੇ ਭਾਵੇਂ ਦੁਨੀਆ ਤਬਾਹ ਹੁੰਦੀ ਹੁੰਦੀ ਰਹੇ ਪਰ ਉਹਨਾਂ ਨੂੰ ਆਪਣੇ ਨਾਲ ਮਤਲਬ ਹੁੰਦਾ ਹੈ ਪਰ ਉਹੀ ਧਨ ਉਹੀ ਦੌਲਤ 나ਗਣੀ ਬਣ ਕੇ ਨਾ ਜ਼ਹਿਰੀਲਾ ਡੰਗ ਮਾਰ ਕੇ ਉਹਨਾਂ ਨੂੰ ਮਾਰ ਦਿੰਦਾ ਇਹਦੇ ਬਾਰੇ ਕਿਹਾ ਗਿਆ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਜਿਹੜਾ ਬੰਦਾ ਇਹਦੀ ਸੇਵਾ ਕਰਦਾ ਹੈ ਨਾ ਸਤਿਗੁਰ ਕਹਿੰਦੇ ਉਹਨੂੰ ਇਹ ਖਾ ਜਾਂਦੀ ਹੈ ਇਹ 나ਗਣੀ ਹੈ ਪਰ 나ਗਣੀ ਕਿੰਨਾ ਤੇ ਲਈ ਹੈ ਜਿਹੜੇ ਲੋਕ ਇਹਦੇ ਸੇਵਕ ਬਣ ਜਾਂਦੇ ਨੇ ਜਿਹੜੇ ਇਹਨੂੰ ਵਰਤਦੇ ਨੇ ਉਹਨਾਂ ਲਈ ਤਾਂ ਇਹ ਦਾਸੀ ਹੈ ਸੋ ਭਗਤਾਂ ਦੀ ਦਾਸੀ ਹੋ ਕੇ ਕੰਮ ਕਰਦੀ ਐ। ਸੋ ਗੁਰੂ ਅੱਗੇ ਆਪਾਂ ਇਹ ਅਰਦਾਸ ਕਰਨੀ ਐ ਕਿ ਸਤਗੁਰੂ ਜੇ ਇਹ ਸੁਖਮਣੀ ਦੇ ਸਾਡੇ ਪੱਲੇ ਪਾਇਆ ਤੇ ਸਾਡੇ ਅੰਦਰ ਇਹ ਗੁਣ ਵੀ ਪੈਦਾ ਹੁੰਦੇ ਰਹਿਣ ਕਿ ਅਸੀਂ ਇਸ ਸੰਸਾਰ 'ਲੀ ਚੰਗਾ ਕੰਝੂ ਕਰਕੇ ਜਾਈਏ। ਸਤਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਨਾਨਕ ਸਾਧੂ ਕੈ ਕੁਰਬਾਨ ਇਸ ਲਈ ਮੈਂ ਆਪਣੇ ਸਤਗੁਰੂ ਤੋਂ ਆਪਣੇ ਗੁਰੂ ਤੋਂ ਸਦਕੇ ਜਾਨਣਾ ਹਾਂ। ਕੁਰਬਾਨ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਨ ਨੂੰ ਤਿਆਰ। ਸਦਕੇ ਉਸ ਗੁਰੂ ਤੋਂ ਜਿਨੇ ਮੈਨੂੰ ਇੰਨੀਆਂ ਪਿਆਰੀਆਂ ਗੱਲਾਂ ਦਿੱਤੀਆਂ ਇਨੀ ਸੋਝੀ ਦਿੱਤੀ ਇਨੇ ਗੁਣ ਮੇਰੇ ਜੀਵਨ ਵਿੱਚ ਪੈਦਾ ਕੀਤੇ ਸੋ ਆਓ ਪਿਆਰਿਓ ਸਤਗੁਰੂ ਮੁਤਾਬਕ ਤੁਰਿਏ ਗੁਰੂ ਦੇ ਰਸਤੇ ਮੁਤਾਬਕ ਤੁਰ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ